ਮਾਸ਼ਾਅੱਲਾ ਕੁਝ ਮਾਦੀਆਂ ਨੇ ਮੇਰੇ ਭਾਈ ਅੰਡੇ ਦੇ ਛੜੇ ਨੇ, ਗੋਠੇ ਪਏ ਨੇ। ਕੁਝ ਮਾਦੀਆਂ ਮੇਰੇ ਭਾਈ ਅੰਡਾ ਦੇਣ ਬੈਠੀਆਂ ਨੇ, ਬਾਕੀ ਭਾਜ ਦੌੜੇ 'ਚ ਲੱਗੀਆਂ ਨੇ ਮੇਰੇ ਭਾਈ। ਜੀ ਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਉਮੀਦ ਕਰਦਾ ਕਿ ਸਾਰੇ ਦੋਸਤ ਭਰਾ ਵਧੀਆ ਹੋਣਗੇ। ਜੀ ਮਾਸ਼ਾਅੱਲਾ ਵੀਰਕ ਪੀਕੋਕ ਫਾਰਮ ਤੋਂ, ਯੂਟਿਊਬ ਚੈਨਲ ਜ਼ੂ ਬਰਡ ਪੀ ਕੇ। ਜਿਹੜਾ ਭਾਈ ਮੇਰਾ ਭਾਈ ਬਰਡ ਦਾ ਸ਼ੌਕ ਕਰਨਾ ਚਾਹੁੰਦਾ, ਬਰਡ ਦੇ ਮਤਲਬ ਕੋਈ ਮੇਰਾ ਭਾਈ ਇਨਫੋਰਮੇਸ਼ਨ ਲੈਣਾ ਚਾਹੁੰਦਾ, ਤਾਂ ਮੇਰਾ ਭਾਈ ਨੰਬਰ ਵੀਡੀਓ ਦੇ ਵਿੱਚ ਮੌਜੂਦ ਹੁੰਦੇ ਨੇ ਮੇਰੇ ਭਾਈ, ਉਹਨਾਂ 'ਤੇ ਮੇਰੇ ਭਾਈ ਕਾਲ ਸਰਵਿਸ ਔਰ ਵਟਸਐਪ ਮੇਰੇ ਭਾਈ ਦੋਨੋਂ ਮੇਰੇ ਭਾਈ ਸਰਵਿਸਾਂ ਮੌਜੂਦ ਨੇ। ਜਿਹੜਾ ਮੇਰਾ ਭਾਈ ਰਾਬਤਾ ਕਰਨਾ ਚਾਹੁੰਦਾ ਮੇਰਾ ਭਾਈ, ਉਹ ਰਾਬਤਾ ਕਰ ਲਿਆ ਕਰੇ। ਅਗਰ ਵੀਡੀਓ ਦੇ ਵਿੱਚ ਭਾਈਆਂ ਨੂੰ ਕੋਈ ਚੀਜ਼ ਪਸੰਦ ਆ ਜਾਂਦੀ ਹੈ ਮੇਰੇ ਭਾਈ, ਜਿਵੇਂ ਕਿ ਮੇਰੇ ਭਾਈ ਆ ਟਰਕੀ ਨੇ, ਅਗਰ ਕਿਸੇ ਭਾਈ ਨੂੰ ਪਸੰਦ ਆ ਜਾਂਦੀ ਕੋਈ ਚੀਜ਼ ਮੇਰੇ ਭਾਈ, ਉਹ ਵੀ ਰਾਬਤਾ ਕਰਕੇ ਮੇਰੇ ਭਾਈ ਪਰਚੇਸ ਕਰ ਸਕਦਾ। ਅਗਰ ਕਿਸੇ ਮੇਰੇ ਭਾਈ ਨੇ ਸੇਲ ਕਰਨੀ ਹੋਵੇ ਕੋਈ ਚੀਜ਼ ਮੇਰੇ ਭਾਈ, ਉਹ ਵੀ ਰਾਬਤਾ ਕਰ ਸਕਦਾ ਮੇਰੇ ਭਾਈ। ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਮੇਰੇ ਭਾਈ, ਉਹ ਵੀ ਰਾਬਤਾ ਕਰ ਸਕਦਾ। ਬਾਕੀ ਮੇਰੇ ਭਾਈ ਆ ਪੇਰੂਆਂ ਦੀ ਆਰਮੀ ਨੂੰ ਮੇਰੇ ਭਾਈ ਫੀਡ ਪਾਈ ਸੀ, ਪਾਣੀ ਵੀ ਤਾਜ਼ਾ ਰੱਖਿਆ ਮੇਰੇ ਭਾਈ ਆ, ਵੇਲੋ ਡੱਬਾ ਫੁੱਲ ਹੋਏ ਜਾਣਾ, ਅਜੇ ਵੀ ਗਿੱਲਾ ਮੇਰੇ ਭਾਈ। ਇੱਕ ਮੇਰੇ ਭਾਈ ਸੁਬਾਹ ਟਾਈਮ ਕੋਈ ਘੰਟਾ ਡੇਢ ਮੇਰੇ ਭਾਈ ਤਕਰੀਬਨ ਸੁਬਾਹ ਟਾਈਮ ਲੱਗਦੇ ਨੇ 3.5 ਘੰਟੇ ਮੇਰੇ ਭਾਈ, ਔਰ ਸ਼ਾਮ ਨੂੰ ਲੱਗਦੇ ਨੇ ਮੇਰੇ ਭਾਈ 2 ਘੰਟੇ। ਠੀਕ ਹੈ, ਇਸ ਫਾਰਮ ਨੂੰ ਟਾਈਮ ਦੇਣਾ ਹੁੰਦਾ ਮੇਰੇ ਭਾਈ, ਕਿਉਂਕਿ ਖੁਰਾਕ ਸ਼ਰਾਕ ਪਾਣੀ ਹੁੰਦੀ ਹੈ ਔਰ ਪ੍ਰੋਪਰ ਆਂਡੇ ਸ਼ਾਂਡੇ ਲੈ ਕੇ ਜਾਣੇ ਹੁੰਦੇ ਨੇ, ਪੂਰਾ ਧਿਆਨ ਰੱਖਣਾ ਹੁੰਦਾ ਮੇਰੇ ਭਾਈ, ਔਰ ਸ਼ਾਮ ਨੂੰ ਮੇਰੇ ਭਾਈ ਅੱਲਾ ਸੋਹਣੇ ਦੇ ਹਵਾਲੇ ਕਰਕੇ ਜਾਈਦਾ ਮੇਰੇ ਭਾਈ। ਮਾਸ਼ਾਅੱਲਾ ਚੈੱਕ ਕਰੋ ਮੇਰੇ ਭਾਈ ਆਰਮੀ ਸਾਰੀ ਬਿਲੂ ਸੈਡ, ਮਾਸ਼ਾਅੱਲਾ ਕਾਫੀ ਸਾਇਦ ਹੋ ਗਈਆਂ ਨੇ, ਬਾਕੀ ਅਸੀਲ ਮੁਰਗੇ ਵੀ ਮੇਰੇ ਭਾਈ ਮਾਸ਼ਾਅੱਲਾ ਕਾਫੀ ਸਾਇਦ ਹੋ ਗਏ ਨੇ ਮੇਰੇ ਭਾਈ। ਇਹਦੇ ਵਿੱਚ 3 ਕਿਸਮਾਂ ਦੇ ਮੁਰਗੇ ਨੇ ਮੇਰੇ ਭਾਈ, ਇੱਕ ਨੀਲੀਆਂ ਅੱਖਾਂ ਵਾਲਾ ਮੇਰੇ ਭਾਈ, ਇੱਕ ਲਾਖੇ ਨੇ, ਇੱਕ ਮੇਰੇ ਭਾਈ ਪੀਲੇ ਨੇ। ਮਾਸ਼ਾਅੱਲਾ ਜਿਵੇਂ ਜਿਵੇਂ ਵੱਡੇ ਹੋਣ ਦੇ ਭਾਈਆਂ ਨੂੰ ਨਜ਼ਰ ਆਉਂਦੇ ਜਾਣਗੇ। ਬਾਕੀ ਕਿਸੇ ਭਾਈ ਨੂੰ ਮੇਰੇ ਭਾਈ ਪੇਰੂਆਂ ਦੇ ਬੱਚੇ ਚਾਹੀਦੇ ਹੋਣ, ਇਕੱਲਾ ਨਰ ਚਾਹੀਦਾ ਹੋਵੇ, ਇਕੱਲੀ ਮਾਦੀ ਚਾਹੀਦੀ ਹੋਵੇ, ਮੇਰੇ ਭਾਈ ਮਿਲ ਜਾਏਗੀ। ਤਕਰੀਬਨ 3.5 ਮਹੀਨਾ ਇਹਨਾਂ ਦੀ ਏਜ ਹੋ ਗਈ ਹੈ। ਮਾਸ਼ਾਅੱਲਾ ਚੈੱਕ ਕਰ ਲਓ, ਸਾਰੇ ਹੈਲਦੀ ਐਕਟਿਵ ਪੀਸ ਨੇ। ਇਹ ਕਿਵੇਂ ਮੇਰੇ ਭਾਈ ਭੱਜ ਨੱਸ ਗਏ ਨੇ, ਸ਼ਾਮ ਨੂੰ ਮੇਰੇ ਭਾਈ ਇਹਨਾਂ ਡੰਡਿਆਂ ਦੇ ਉੱਤੇ ਹੀ ਬੈਠ ਜਾਂਦੇ ਨੇ। ਬਾਕੀ ਮੇਰੇ ਭਾਈਆਂ ਨੂੰ ਫਾਰਮ ਇੱਕ ਦਫ਼ਾ ਵਿਜ਼ਿਟ ਕਰਾ ਦਿੰਦੇ ਹਾਂ। ਜਿਹੜੇ ਭਾਈ ਚੈਨਲ 'ਤੇ ਨਵੇਂ ਆਉਂਦੇ ਨੇ ਮੇਰੇ ਭਾਈ, ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਔਰ ਚੈਨਲ ਨੂੰ ਮੇਰੇ ਭਾਈ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ। ਮਾਸ਼ਾਅੱਲਾ ਮੇਰੇ ਭਾਈ ਇੱਕ ਮਾਦੀ ਆਂਡੇ ਦਿੱਤਾ ਮੇਰੇ ਭਾਈ, 2 ਉੱਥੇ ਨੇ, ਚੈੱਕ ਕਰੋ ਮਾਸ਼ਾਅੱਲਾ 2-3 ਉਹ ਗੁੱਟ ਦੇ ਵਿੱਚ ਪਏ ਨੇ ਮੇਰੇ ਭਾਈ, ਦਿਸੇ ਨੇ। ਬਾਕੀ ਜੇ ਬੱਬਰ ਸ਼ੇਅਰ ਨਾ ਰਹੇ ਮੇਰੇ ਭਾਈ, ਚੈੱਕ ਕਰੋ ਵਾਈਟ ਵਾਲਾ ਸ਼ੇਡ ਮੇਰੇ ਭਾਈ, ਵਾਈਟ ਦੀ ਮਾਦੀ, ਬਾਕੀ ਮੇਰੇ ਭਾਈ ਬਲੈਕ ਸ਼ੋਲਡਰ ਦੀਆਂ, ਚੈੱਕ ਕਰੋ ਮਾਸ਼ਾਅੱਲਾ। ਸਭ ਤੋਂ ਜ਼ਿਆਦਾ ਮੇਰੇ ਭਾਈ ਜਿਹਨੇ ਆਂਡੇ ਦਿੱਤੇ ਨੇ ਨਾ ਮੇਰੇ ਭਾਈ, ਸਭ ਤੋਂ ਜ਼ਿਆਦਾ ਜਿਹਨੇ ਆਂਡੇ ਦਿੱਤੇ ਨੇ ਉਹ ਮੇਰੇ ਭਾਈ ਸਾਡੀਆਂ ਪਾਈਡ ਦੀਆਂ, ਮਾਸ਼ਾਅੱਲਾ ਸੂਤਰੀਆਂ ਆਣੇ ਮੇਰੇ ਭਾਈ, ਮੇਰੀ ਤਰ੍ਹਾਂ ਕੋਈ ਵੀਕ ਨਹੀਂ ਆਣਾ ਮੇਰੇ ਭਾਈ, ਸੂਤਰੀਆਂ ਆਣੇ ਉਹ ਵਿਖਾ ਦੇਣੇ ਮਾਸ਼ਾਅੱਲਾ। ਇਹਨਾਂ ਨੇ ਹਜੇ 3 ਆਂਡੇ ਮੇਰੇ ਭਾਈ ਦਿੱਤੀ ਜਾਂਦੀਆਂ ਨੇ, ਚੈੱਕ ਕਰ ਸਕਦੇ ਹੋ ਮਾਸ਼ਾਅੱਲਾ। ਇਹਨੇ ਮੇਰੇ ਭਾਈ ਇੱਕ ਕੱਲ੍ਹ ਵੀ ਦਿੱਤਾ ਸੀ, ਇੱਕ ਨੇ ਅੱਜ ਵੀ ਦੇਣਾ ਵਾਲੀ ਨੇ, ਆਹ ਜਿਹੜੀ ਜ਼ਿਆਦਾ ਕਰਕ ਰਹੀ ਨਾ ਪੱਲੇ ਸੱਟ ਕੇ ਨਰ, ਮਾਸ਼ਾਅੱਲਾ ਚੈੱਕ ਕਰੋ। A+ ਕੁਆਲਿਟੀ ਦਾ ਮੇਰਾ ਭਾਈ ਓਰੀਜਨਲ ਮੇਰੇ ਭਾਈ ਬਿਲੂ ਪਾਇਡ ਦਾ ਨਾਰੇ ਵਾਲਾ। ਮੈਂ ਬੜੀ ਦਫ਼ਾ ਭਾਈਆਂ ਨੂੰ ਰਿਕੁਐਸਟ ਕੀਤੀ ਹੈ ਕਿ ਜਿਹੜੇ ਭਾਈ ਦੇ ਕੋਲ ਸੇਲ ਕਰਨਾ ਹੋਵੇ ਜਿਹੜੇ ਭਾਈ ਨੇ, ਉਹ ਮੇਰੇ ਭਾਈ ਰਾਬਤਾ ਕਰਿਆ ਜੇ, ਲੇਕਿਨ ਕਿਸੇ ਭਾਈ ਨੇ ਮੈਨੂੰ ਰਾਬਤਾ ਨਹੀਂ ਕੀਤਾ ਹੈ। ਹੋ ਸਕਦਾ ਕਿਸੇ ਦੇ ਕੋਲ ਹੋਵੇ ਹੀ ਨਾ, ਜਾਂ ਕਿਸੇ ਨੇ ਆਪਣਾ ਸ਼ੌਕ ਅਜੇ ਰੱਖਣਾ ਹੋਵੇ, ਸੇਲ ਕਰਨਾ ਹੀ ਨਾ ਹੋਵੇ ਮੇਰੇ ਭਾਈ।
ਤੇ ਕਿਸੇ ਬੰਦੇ ਨੇ ਮੇਰੇ ਭਾਈ ਰਾਬਤਾ ਕੀਤਾ। ਚਲੋ ਖੈਰ ਕੋਈ ਗੱਲ ਨਹੀਂ, ਬਾਕੀ ਮਾਸ਼ਾਅੱਲਾ ਚੈੱਕ ਕਰ ਲਓ, ਉਹ ਲੜਨ ਲੱਗੀਆਂ ਨੇ ਮੇਰੇ ਭਾਈ ਕੋਠ ਦੇ ਵਿੱਚ। ਆਂਡੇ ਦੇਣ ਵਾਸਤੇ ਬਾਕੀ ਮਾਸ਼ਾਅੱਲਾ ਦੋ ਨਰ, ਦੋਵੇਂ ਮੇਰੇ ਭਾਈ ਜੰਬੋ ਸਾਈਜ਼ ਦੇ ਨੇ, ਚੈੱਕ ਕਰ ਸਕਦੇ ਹੋ ਮਾਸ਼ਾਅੱਲਾ। ਬਲੈਕ ਸ਼ੋਲਡਰ ਦੀਆਂ ਮੇਰੇ ਭਾਈ, ਇਹਨਾਂ ਦੇ ਨਾਲ 24 ਮਾਦੀਆਂ ਨੇ ਮੇਰੇ ਭਾਈ। ਇੱਕ ਮਾਦੀ ਸੇਲ ਕਰ ਦਿੱਤੀ ਸੀ 15,000 ਰੁਪਏ ਦੀ, ਵੈਸੇ ਸਾਡਾ ਰੇਟ ਮੇਰੇ ਭਾਈ 16,000 ਰੁਪਏ ਵੇ। ਜਿਹਨਾਂ ਨੂੰ ਕਾਰਗੋ ਕਰਵਾਈ ਦੀ, ਜਿਹੜੀ ਤੋੜਾ ਕੇ ਲੈ ਜਾਂਦੇ ਨੇ ਮੇਰੇ ਭਾਈ, ਉਹਨਾਂ ਨੂੰ 1,000 ਰੁਪਇਆ ਡਿਸਕਾਊਂਟ ਦੇ ਛੱਡੀ ਦਾ। ਔਰ ਜਿਹੜੇ ਭਾਈ ਯੂਟਿਊਬ ਤੋਂ ਰਾਬਤਾ ਕਰਦੇ ਨੇ ਮੇਰੇ ਭਾਈ, ਉਹ ਸਪੈਸ਼ਲ ਦੱਸਿਆ ਕਰੋ, ਉਹਨਾਂ ਬਾਈਆਂ ਨੂੰ ਵੀ ਡਿਸਕਾਊਂਟ ਦੇਈਦਾ ਮੇਰੇ ਭਾਈ, ਜਿਹੜੇ ਚੈਨਲ ਤੋਂ ਵੇਖ ਕੇ ਜਿਹੜੇ ਮੇਰੇ ਭਾਈ ਆਉਂਦੇ ਨੇ। ਬਾਕੀ ਮੇਰੇ ਭਾਈ ਆਪਣਾ ਟਿਕਟੋਕ 'ਤੇ ਵੀ ਹੈ, ਫੇਸਬੁੱਕ 'ਤੇ ਵੀ ਹੈ, ਇੰਸਟਾਗ੍ਰਾਮ 'ਤੇ ਵੀ ਮੇਰੇ ਭਾਈ, ਚੈੱਕ ਕਰੋ ਮੇਰੇ ਭਾਈ ਮਾਸ਼ਾਅੱਲਾ ਕਿੰਨੇ ਖੂਬਸੂਰਤ ਜਾਨਵਰ ਨੇ ਮੇਰੇ ਭਾਈ। ਹਜੇ ਤੱਕ ਮੇਰੇ ਭਾਈ ਤੁਹਾਡੇ ਭਾਈ ਅਲਹਮਦੁਲਿਲਾ ਬਿਲਕੁਲ ਕਲੀਅਰ ਮੇਰੇ ਭਾਈ, ਜਿਹਨਾਂ ਭਾਈਆਂ ਨੂੰ ਬੱਚਾ ਵੀ ਪਾਇਆ ਸੀ ਮੇਰੇ ਭਾਈ, ਉਹਨਾਂ ਦਾ ਕੋਈ ਕਿਸੇ ਕਿਸਮ ਦਾ ਲਾਵਾ ਕੋਈ ਤਰ੍ਹਾਂ, ਅਲਹਮਦੁਲਿਲਾ ਮੇਰੇ ਭਾਈ ਤਕਰੀਬਨ 1,100 ਬੱਚਾ ਹੋ ਗਿਆ ਨਾ, ਉਸ ਮਾਲਕ ਦਾ ਬੜੇ ਕਰਮ ਹੈ ਮੇਰੇ ਭਾਈ। ਕਿਆ ਵੇਖ ਲਓ ਮਾਸ਼ਾਅੱਲਾ ਮਾਦੀ ਅੱਗੇ ਆਂਡਾ ਦੇ ਮੇਰੇ ਭਾਈ, ਆਂਡਾ ਦੇ ਛੱਡਿਆ ਉਹ। ਬਾਕੀ ਮੇਰੇ ਭਾਈ ਪਿਆ ਨੇ ਗੁੱਠ ਦੇ ਵਿੱਚ 3-4 ਆਂਡੇ। ਬਾਕੀ ਮੇਰੇ ਭਈਆ ਗੁੱਠ ਦੇ ਨਾਲ ਇੱਕ ਨਰ ਲੱਗਾ ਪਿਆ, ਮੇਰੇ ਖਿਆਲ ਨਾਲ ਦੋਵੇਂ ਲੜਦੇ ਨੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਮੇਰੇ ਭਾਈ, ਜਿਵੇਂ ਇੱਕ PTI ਦਾ ਇੱਕ ਨੂਨ ਲੀਗ ਦਾ ਮੇਰੇ ਭਾਈ, ਚੈੱਕ ਕਰੋ ਮਾਸ਼ਾਅੱਲਾ। ਬਾਕੀ ਆਹ ਬੜੀ ਪੁਰਾਣੀ ਮਾਦੀ ਹੈ ਮੇਰੇ ਭਾਈ, ਇਹਦੀ ਗਰਦਨ ਦਾ ਕੋਈ ਇਸ਼ੂ ਹੈ ਔਰ ਪੱਲਿਆਂ ਦਾ ਮਾਸ਼ਾਅੱਲਾ 5 ਛੱਡਦੀ ਹੈ, ਆਪਣੀ ਖੁਰਾਕ ਪੂਰੀ ਦੇਣੀ ਹੈ ਮੇਰੇ ਭਾਈ। ਸਿਰਫ ਮੇਰੇ 8 ਸਾਲ ਤੋਂ ਮੇਰੇ ਭਾਈ ਹੈ ਮਾਦੀ ਆਪਣੇ ਕੋਲ ਹੈ ਭਾਈ, ਆਪਣੀ ਪੈਸੇ ਲਾ ਜਾਂਦੀ ਹੈ, ਸਾਡੇ ਪੱਲਿਓ ਨਹੀਂ ਖਾਂਦੀ ਮੇਰੇ ਭਾਈ, ਆਪਣੇ ਪੱਲਿਓ ਖਾਂਦੀ, 4 ਤੋਂ 5 ਆਂਡੇ ਦੇ ਛੱਡਦੀ ਹੈ। ਤਕਰੀਬਨ ਇਹਨੇ 2 ਆਂਡੇ ਦੇ ਛੱਡੇ ਨੇ, 2-3 ਇਹਨੇ ਅਜੇ ਦੇ ਹੀ ਦੇਣੇ ਨੇ, ਅਜੇ 2 ਮਹੀਨੇ ਸੀਜ਼ਨ ਹੈ ਵੇ। ਬਾਕੀ ਭਾਈਆਂ ਨੂੰ ਮੈਂ ਆਪਣੀ ਜਿਹੜੇ ਬੱਚੇ ਸਨ ਚੂਜ਼ਿਆਂ ਦੇ ਮੇਰੇ ਭਾਈ, ਉਹ ਚੈੱਕ ਕਰਾ ਦੇਣਾ ਮੇਰੇ ਭਾਈ, ਕਮਾਲੀਆ ਬਰੀਡ ਦੇ। ਹੈ ਨੇ ਮੇਰੇ ਭਾਈ ਕਮਾਲੀਆ ਬਰੀਡ ਦੇ ਪੱਠੀਆਂ, ਪੱਠੇ ਮਾਸ਼ਾਅੱਲਾ ਬਣ ਗਏ ਨੇ ਮੇਰੇ ਭਾਈ, ਤਕਰੀਬਨ 3-3 ਪਾ ਮੇਰੇ ਭਾਈ ਇਹਨਾਂ ਦਾ ਵਜ਼ਨ ਹੋ ਗਿਆ ਮਾਸ਼ਾਅੱਲਾ, ਚੈੱਕ ਕਰੋ। ਇਹ 12 ਪੀਸ ਨੇ ਮੇਰੇ ਭਾਈ, ਟੋਟਲ 13 ਪੀਸ ਨਿਕਲੇ ਹਨ। ਇੱਕ ਮੇਰਾ ਭਾਈ ਜਿਹੜਾ ਪੀਸ ਹੈ ਨਾ, ਉਹ ਕੁਝ ਚੀਜ਼ ਫੜ ਕੇ ਲੈ ਗਈ ਸੀ ਮੇਰੇ ਭਾਈ, ਘੱਟ ਗਿਆ ਸੀ ਉਦੋਂ ਮੁਰਗੀ ਦੇ ਨਾਲ ਹੀ ਸਨ ਮੇਰੇ ਭਾਈ। ਇਹ ਸਭ ਤੋਂ ਅੱਛੀ ਕਲਾਸ ਆਊਟ ਕਲਾਸ ਮਾਦੀ ਮੇਰੇ ਭਾਈ, ਖਜੂਰੀ ਔਰ ਲੱਖ ਆ ਮੇਰੇ ਭਾਈ, ਸਭ ਤੋਂ ਅੱਛਾ ਜਿਹੜਾ ਨਾ ਮੁਰਗਾ ਮੇਰੇ ਭਾਈ। ਬਾਕੀ ਆ ਚੀਨੇ ਮਹੀਨੇ ਮੈਨੂੰ ਪਸੰਦ ਨਹੀਂ ਆਉਣ, ਇਹ ਮੈਂ ਵੱਡੇ ਹੋ ਕੇ ਮੇਰੇ ਭਾਈ ਸੇਲ ਹੀ ਕਰ ਦੇਣੇ ਨੇ। ਅਤੇ ਮੇਰੇ ਭਾਈ ਮੈਨੂੰ ਚੀਨਿਆਂ ਦਾ ਕੋਈ ਸ਼ੌਕ ਨਹੀਂ ਹੈ, ਚੀਨੇ ਜਿਹੜੇ ਨੇ ਆਪਣਾ ਨਹੀਂ ਪਸੰਦ ਆਉਣ। ਬਾਕੀ ਮਾਸ਼ਾਅੱਲਾ ਪੱਠੀਆਂ ਪੱਠੇ ਸਾਲ ਦੇ ਮੇਰੇ ਭਾਈ, ਚੈੱਕ ਕਰੋ ਮਾਸ਼ਾਅੱਲਾ। ਨਾਰੇ ਇਸ ਤੋਂ ਲਾਇਆ ਮੇਰੇ ਭਾਈ ਇਹਨਾਂ ਦੇ ਨਾਲ, ਤਾਂ ਕਿ ਮੇਰੇ ਭਾਈ ਐਡਜਸਟਮੈਂਟ ਕਰ ਜਾਣ, ਐਡਜਸਟ ਹੋ ਜਾਣ। ਇਹਨਾਂ ਦਾ ਵੀ ਮੇਰੇ ਭਾਈ ਤਾਜ਼ਾ ਰੱਖਿਆ, ਬਾਲਟੀ ਦੇ ਵਿੱਚ ਭਰ ਕੇ ਰੱਖਿਆ ਮੇਰੇ ਭਾਈ, ਆ ਵੇਖੋ ਪਾੜੀਆਂ ਮਾਸ਼ਾਅੱਲਾ ਕਿੰਨੀਆਂ ਖੂਬਸੂਰਤ ਮਾਦੀਆਂ ਨੇ। ਇਹ ਮੇਰੇ ਭਾਈ ਐਮਰਲਡ ਕਰਾਸ ਦੇ ਨਾਰ ਨੇ ਮੇਰੇ ਭਾਈ, ਇਹ ਸੁੱਕਾ ਨੇ ਮੇਰੇ ਭਾਈ, ਵਾਈਟ ਦੇ ਵੀ ਚੈੱਕ ਕਰੋ ਔਰ ਪਾਇਟ ਦਾ ਵੀ ਚੈੱਕ ਕਰ ਲਓ ਮਾਸ਼ਾਅੱਲਾ। ਆਹ ਕੈਮੀਓ ਪਾਇਟ ਦੇ ਵਿੱਚ ਵੇਖ ਲਓ, ਪਰ ਜੇ ਕੈਮੀਓ ਲੈ ਕੇ, ਬਾਕੀ ਆ ਬਲੈਕ ਸ਼ੋਲਡਰ ਦਾ ਨਾਰ ਹੈ ਮੇਰੇ ਭਾਈ। ਠੀਕ ਹੋ ਗਿਆ ਮੇਰੇ ਭਾਈ, ਦੁਆਵਾਂ ਯਾਦ ਰੱਖਣਾ ਆਪਣੇ ਭਾਈ ਨੂੰ, ਮਿਲਦੇ ਆ ਕਿ ਨਹੀਂ ਵੀਡੀਓ 'ਚ, ਉਹਨਾਂ ਦੀ ਦਿਓ ਇਜਾਜ਼ਤ। ਅੱਲਾ ਹਾਫਿਜ਼। ਰਾਬਤਾ 0-304-62-0-88-90-0-343-34-78।
ਤੇ ਮਿਲਦੇ ਆ ਇੱਕ ਨਈ ਵੀਡੀਓ ਚ। ਲਾਈਵ ਲੋਕੇਸ਼ਨ ਹਫਸਾਬਾਦ, ਖਾਨਗੜ੍ਹ ਡੋਗਰਾ, ਡੇਰਾ ਰਸੂਲਪੁਰ ਹੰਜਰਾਵਾਂ, ਵਿਰਕ ਪੀਕੋਕ ਫਾਰਮ, ਔਰੰਗਜ਼ੇਬ ਨਾਮ ਹੈ ਮੇਰੇ ਭਾਈ। ਅੱਲਾ ਹਾਫਿਜ਼।